सब्सक्राइब करो निडर आवाज टीवी नू ते ताजा वीडियोस पाउन लई बैल दा बटन दबाओ। भिखीविंड विखे दिन दिहाड़े चोरां ने एक घर नू बनाया निशाना। 8 तोले सोना ते 50,000 दे करीब नगदी लुट होए फरार। विधानसभा हलका खेमकरन अधीन पैंदे कस्बा भिखीविंड विखे दिन दिहाड़े चोरां ने एक घर नू निशाना बनाउंदे होए घर विच पिया 8 तोले सोना ते 50,000 रुपए दे करीब नगदी चोरी करके लै जाण दा मामला सामने आया है। इस संबंधी जानकारी दिंदिआं घर दे मुखी बलविंदर सिंह ने दस्सिआ कि उह दुपहरे 12:30 बजे दे करीब गुरद्वारा धन धन बाबा दीप सिंह जी पौविंड विखे मत्था टेकण गए सी। ਤਾਂ ਜਦ ਉਹਨਾਂ ਨੇ ਵਾਪਸ ਆ ਕੇ ਵੇਖਿਆ ਤਾਂ ਘਰ ਦਾ ਦਰਵਾਜ਼ਾ ਟੁੱਟਾ ਹੋਇਆ ਸੀ ਅਤੇ ਘਰ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ। ਘਰ ਵਿੱਚ ਪਈ ਅਲਮਾਰੀ ਦੇ ਵਿੱਚੋਂ ਕਰੀਬ 50,000 ਰੁਪਏ ਦੀ ਨਗਦੀ ਅਤੇ 8 ਤੋਲੇ ਸੋਨਾ ਗਾਇਬ ਸੀ, ਜਿਸ ਦੀ ਇਤਲਾਹ ਉਹਨਾਂ ਵੱਲੋਂ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦਿੱਤੀ ਗਈ ਹੈ। ਪੀੜਤ ਘਰ ਵਾਲਿਆਂ ਨੇ ਜ਼ਿਲ੍ਹਾ ਤਰਨ ਤਾਰਨ ਦੇ SSP ਪਾਸੋਂ ਮੰਗ ਕੀਤੀ ਕਿ ਉਹਨਾਂ ਦੇ ਘਰ ਵਿੱਚ ਚੋਰੀ ਕਰਨ ਵਾਲੇ ਵਿਅਕਤੀ ਨੂੰ ਜਲਦ ਗ੍ਰਿਫਤਾਰ ਕਰਕੇ ਉਹਨਾਂ ਦਾ ਸਾਰਾ ਸਮਾਨ ਅਤੇ ਨਕਦੀ ਵਾਪਸ ਦਵਾਇਆ ਜਾਵੇ। ਉਧਰ ਇਸ ਮਾਮਲੇ ਸੰਬੰਧੀ ਮੌਕਾ ਦੇਖਣ ਪੁੱਜੇ ਥਾਣਾ ਭਿੱਖੀਵਿੰਡ ਦੇ SHO ਬਲਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਚੋਰੀ ਦੇ ਮਾਮਲੇ ਨੂੰ ਦਰਜ ਕੀਤਾ ਜਾ ਰਿਹਾ ਹੈ ਅਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਏ ਦਿਨ ਹੀ ਥਾਣਾ ਭਿੱਖੀਵਿੰਡ ਅਧੀਨ ਚੋਰੀ ਲੁੱਟਖੋ ਅਤੇ ਮੋਟਰਸਾਈਕਲ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਪਰੰਤੂ ਪੁਲਿਸ ਮੂਕ ਦਰਸ਼ਕ ਬਣੀ ਲੋਕਾਂ ਦੀ ਹੋ ਰਹੀ ਲੁੱਟ ਦਾ ਤਮਾਸ਼ਾ ਦੇਖ ਰਹੀ ਹੈ। ਮੇਰਾ ਨਾਮ ਬਲਵਿੰਦਰ ਸਿੰਘ ਜੀ। ਕੀ ਗੱਲ ਹੋਈ ਹੈ ਜੀ? ਕੱਲ੍ਹ ਅਸੀਂ ਤਕਰੀਬਨ 12:30 ਵਜੇ ਗਏ ਹਾਂ ਬਾਬੇ ਦੀਪ ਸਿੰਘ ਦੇ ਮੱਥਾ ਟੇਕਣ। ਤਕਰੀਬਨ 3 ਵਜੇ ਆਏ, ਸਾਡਾ ਬਾਹਰਲਾ ਗੇਟ ਟੁੱਟਾ ਸੀ, ਅੰਦਰਲਾ ਮੇਨ ਜਿਹੜਾ ਗੇਟ ਉਹਨੂੰ ਤਾਲਾ ਲਾਇਆ ਗਿਆ ਅਤੇ ਆਉਂਦਿਆਂ ਤਕਰੀਬਨ ਸਾਡੇ ਸਾਰੇ ਮਤਲਬ ਅਲਮਾਰੀਆਂ ਬੈੱਡ ਸਾਰੇ ਖੋਲੇ ਗਏ ਆ। ਜਿਹੜਾ ਸਾਡਾ ਡਰਾਇੰਗ ਰੂਮ ਆ ਉਹਦੇ ਵਿੱਚ ਸਾਡਾ ਟੇਬਲ ਸੀ, ਡਰੈਸਿੰਗ ਟੇਬਲ ਬੈਠਣ ਵਾਸਤੇ ਵੱਡਾ ਟੇਬਲ ਸੀ, ਉਹਨੂੰ ਲੋਕ ਲੱਗਾ ਸੀ। ਉਹਦੇ ਵਿੱਚ ਸਾਡਾ ਸੋਨਾ ਸੀ, ਤਕਰੀਬਨ 8 ਤੋਲੇ ਸੋਨਾ ਸੀ ਅਤੇ 50,000 ਕੈਸ਼ ਸੀ। ਅਤੇ ਮਤਲਬ ਉਹ ਜਿਹੜਾ ਬੈਗ ਆ ਮੇਨ ਵੱਡਾ ਉਹਦੇ ਵਿੱਚੋਂ ਕੱਢ ਕੇ ਇੱਕ ਛੋਟਾ ਬੈਗ 50,000 ਕੈਸ਼ ਕੱਢ ਲਿਆ ਅਤੇ ਤਕਰੀਬਨ 8 ਤੋਲੇ ਸੋਨਾ ਸੀ ਉਹ ਕੱਢ ਕੇ ਲੈ ਗਿਆ। ਤੁਹਾਨੂੰ ਪੂਰਾ ਸਮਾਨ ਖਿਲਰਿਆ ਸਭ ਕੁਝ ਪਿਆ ਸੀ। ਤੁਹਾਨੂੰ ਕਿਸੇ 'ਤੇ ਸ਼ੱਕ ਕੋਈ? ਸ਼ੱਕ ਸਾਨੂੰ ਇਹ ਸ਼ੱਕ 'ਤੇ ਅਜੇ ਸਾਨੂੰ ਸੂਈ ਧਾਰ ਦੇ ਜਾਂਦੀ, ਇੱਦਾਂ ਕਿਸੇ ਨੂੰ ਸ਼ੱਕ ਅਸੀਂ ਕਹਿ ਨਹੀਂ ਸਕਦੇ। ਪਰ ਜਿੱਥੋਂ ਤੱਕ ਸਾਨੂੰ ਕੰਮ ਲੱਗਦਾ ਵੀ ਜਦੋਂ ਅਸੀਂ ਗੱਡੀ ਲੈ ਕੇ 12:30 ਵਜੇ ਤਕਰੀਬਨ ਨਿਕਲੇ ਹਾਂ ਵੀ ਹੈ ਜਿਹੜਾ ਵੀ ਕੰਮ ਕਿਸੇ ਕੀਤਾ ਕਿਸੇ ਭੇਤੀ ਬੰਦੇ ਨੇ ਕੀਤਾ, ਉਹਦਾ ਨਾਰਮਲ ਬੰਦੇ ਕਿਸੇ ਦੂਰੋਂ ਨੇੜੇ ਨਹੀਂ ਕੀਤਾ, ਕੀਤਾ ਕਿਸੇ ਭੇਤੀ ਬੰਦੇ ਨੇ। ਅਤੇ ਪੁਲਿਸ ਆਈ ਸੀ ਜੀ? ਪੁਲਿਸ ਆਈ ਸੀ, ਪੁਲਿਸ ਲਿਖ ਕੇ ਮੌਕਾ ਲੈ ਗਿਆ, ਦਰਖਾਸਤ ਦੇ ਦਿੱਤੀ। ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਹ ਸੱਚਾਈ ਦਿੱਤੀ ਜਾਵੇ, ਕਿਉਂਕਿ ਅੱਜ ਸਾਡੇ ਘਰ ਦੁਪਹਿਰੇ ਅੱਜ ਦਿਨ ਦੀ ਵੀ ਚੋਰੀ ਹੋ ਗਈ, ਕੱਲ੍ਹ ਹੋਰ ਵੀ ਕਿਸੇ ਦੇ ਘਰ ਹੋ ਸਕਦੀ ਆ, ਫਿਰ ਚੋਰ ਇੱਦਾਂ ਇਹਦੇ 'ਚ ਦਿਨ ਬਰ ਦਿਨ ਚੋਰੀ ਵੱਧ ਜਾਊਗੀ। ਤੁਹਾਡਾ? ਮੇਰਾ ਨਾਮ ਗੁਰਿੰਦਰ ਸਿੰਘ। ਕਿਹੜਾ ਪਿੰਡ ਜੀ? ਮੇਰਾ ਵੀ ਜੀ ਵਾਰਡ ਨੰਬਰ 13। ਕੀ ਗੱਲ ਹੋਈ ਹੈ ਵੀਰ ਜੀ? ਸਾਨੂੰ ਵੀਰ ਜੀ ਸਾਡੇ ਭਾਈ ਸਾਹਿਬ ਆ ਪਲੇਰੋਂ, ਮੇਰੇ ਭਣਵੀਂਗਾ ਲੱਗਦਾ, ਅਤੇ ਇਹਨਾਂ ਦੇ ਘਰ ਚੋਰੀ ਹੋ ਗਈ ਜੀ। ਸਾਰੀ ਉਮਰ ਇਹ ਫੌਜ 'ਚੋਂ ਵਿਚਾਰਾ ਹੱਡ ਬਣਾ ਕੇ ਆਇਆ, ਅਤੇ ਇਹਦੇ ਘਰੋਂ ਜੇ ਮਿਹਨਤ ਕਰਕੇ ਪੈਸੇ ਲਿਆ ਤਾਂ ਪੈਸੇ ਚੋਰੀ ਕਰਕੇ ਲੈ ਆ ਵੀ। ਤੁਹਾਨੂੰ ਕੀ ਲੱਗਦਾ ਕਿ ਇਹ ਜਿੰਦਰੇ ਤੋੜ ਕੇ ਆਏ ਜਾਂ ਕੀ ਕੀਤਾ ਹੈ? ਇਹ ਵੀਰ ਜੀ ਕਿਸੇ ਭੇਤੀ ਦਾ ਕੰਮ ਜੀ। ਕੀ ਮੰਗ ਕਰਦੇ ਤੁਸੀਂ? ਅਸੀਂ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਇਹ ਜਲਦ ਚੋਰ ਫੜੇ ਜਾਣ, ਨਹੀਂ ਤਾਂ ਹੋਰ ਪਾਸੇ ਫੈਲੂਗਾ ਕੰਮ, ਇਹ ਬਹੁਤ ਵਧੂਗਾ ਕੰਮ ਹੈ। ਅਤੇ ਜੀ ਅੰਮ੍ਰਿਤਸਰ ਰੋਡ 'ਤੇ ਗੈਸ ਏਜੰਸੀ ਦੀ ਬੈਕ ਸਾਈਡ 'ਤੇ ਸਾਬਕਾ ਫੌਜੀ ਨੇ ਇੱਕ ਬਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਉਹਨਾਂ ਦੀ ਰਿਹਾਇਸ਼ ਹੈ। ਫਿਰ 12:30 ਵਜੇ ਪਰਿਵਾਰ ਸਮੇਤ ਪੌਵਿੰਡ ਸਾਹਿਬ ਮੱਥਾ ਟੇਕਣ ਗਏ ਸੀ। 2-2.5 ਘੰਟੇ ਬਾਅਦ ਜਦ ਵਾਪਸ ਆਏ ਤਾਂ ਘਰ ਦਾ ਦਰਵਾਜ਼ਾ ਜਿਹੜਾ ਬਾਹਰਲਾ ਖੁੱਲ੍ਹਾ ਸੀ ਅਤੇ ਅੰਦਰ ਸਮਾਨ ਜਿਹੜਾ ਉਹਨਾਂ ਦਾ ਖਿਦਰਿਆ ਸੀ। ਸਾਰਾ ਚੈੱਕ ਕਰਨ 'ਤੇ ਉਹਨਾਂ ਨੇ ਜੋ ਦੇਖਿਆ ਕਰੀਬ 50,000 ਦੀ ਨਗਦੀ ਅਤੇ 8 ਤੋਲੇ ਜਿਹੜੇ ਸੋਨੇ ਦੇ ਗਹਿਣੇ ਸੀ ਉਹ ਘਰੋਂ ਗਾਇਬ ਨੇ। ਅਤੇ ਸਰ ਕੋਈ CCTV ਕੈਮਰੇ ਦੇ ਵਿੱਚ ਕੋਈ ਕੈਮਰਾ ਦੀ ਜਿਹੜੀ ਘਰ ਦੇ ਬਿਲਕੁਲ ਲਾਗੇ ਕੋਈ ਕੈਮਰਾ ਹੈ ਨਹੀਂ? ਜਿਹੜੇ ਦੂਰ ਹਾਈਵੇ 'ਤੇ ਜਿਹੜਾ ਮੇਨ 'ਤੇ ਜਾਂ ਸੜਕ 'ਤੇ ਕੈਮਰੇ ਲੱਗੇ ਨੇ ਉਹਨਾਂ ਦੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ? ਇਹਦੇ ਸੰਬੰਧ ਵਿੱਚ ਇਹਨਾਂ ਦੇ ਬਿਆਨ ਜਿਹੜੇ ਆ ਦਰਜ ਕਰਕੇ ਮੁਕੱਦਮਾ ਨੰਬਰ 85 ਅੰਡਰ ਸੈਕਸ਼ਨ 456-379 IPC ਥਾਣਾ ਭਿੱਖੀਵਿੰਡ ਜਿਹੜਾ ਦਰਜ ਰਜਿਸਟਰ ਕੀਤਾ ਗਿਆ ਅਤੇ ਜਿਹੜੇ FSL ਜਿਹੜੀਆਂ ਫਰੈਂਸਿੰਗ ਟੀਮਾਂ ਦੀ ਮਦਦ ਨਾਲ ਜਿਹੜੀ ਇਹਦੀ ਆ ਕੋਸ਼ਿਸ਼ ਕਰ ਰਹੇ ਹਾਂ ਕਿ ਚੋਰਾਂ ਦੀ ਜਿਹੜੀ ਭਾਲ ਕੀਤੀ ਜਾਵੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ